ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਗਪ੍ਰੀਤ, ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਸੋ ਅੱਜ ਦਾ ਵੀਡੀਓ ਯੂਕੇ ਨੂੰ ਫੋਕਸਡ ਹੈ ਕਿ ਜਨਵਰੀ ਇਨਟੇਕ ਦੇ ਵਿੱਚ ਕੀ ਪੋਸਿਬਿਲਿਟੀਜ਼ ਨੇ, ਕੀ ਸਟੂਡੈਂਟਸ ਨੂੰ ਬੈਨੀਫਿਟਸ ਨੇ। ਸੋ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ, ਸੋ ਦੈਟ ਤੁਸੀਂ ਵੀ ਅਵੇਅਰ ਹੋ ਪਾਓ ਕਿ ਯੂਕੇ ਦੇ ਵਿੱਚ ਕੀ ਬੈਨੀਫਿਟਸ ਸਟੂਡੈਂਟ ਅਵੇਲ ਕਰ ਸਕਦੇ ਨੇ ਜਨਵਰੀ ਇਨਟੇਕ ਨੂੰ ਲੈ ਕੇ, ਔਰ ਕੀ ਪੋਜ਼ਿਟਿਵ ਆਊਟਕਮਸ ਅੱਜ ਦੇ ਦੌਰ ਦੇ ਵਿੱਚ ਚੱਲ ਰਹੇ ਨੇ। ਸੋ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਸੋ ਦੈਟ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਰੀਸੈਂਟ ਡਿਵੈਲਪਮੈਂਟਸ, ਨਵੀਆਂ ਅਪਡੇਸ਼ਨਸ ਦੇ ਨਾਲ ਵਾਕਿਫ ਰਹੋ। ਸੋ ਡੈਫੀਨੇਟਲੀ ਗੱਲ ਕਰਦੇ ਹਾਂ ਯੂਕੇ ਜਨਵਰੀ ਇਨਟੇਕ ਨੂੰ ਲੈ ਕੇ। ਅਗਰ ਪ੍ਰੈਜੈਂਟ ਸਿਨੈਰੀਓ ਦੀ ਗੱਲ ਕਰਾਂ ਤਾਂ ਰੈਗੂਲਰ ਬੇਸਿਸ ਦੇ ਉੱਤੇ ਬਹੁਤ ਵਧੀਆ ਵੀਜ਼ਾ ਸਕਸੈਸ ਸਾਨੂੰ ਦੇਖਣ ਨੂੰ ਮਿਲ ਰਿਹਾ। ਬਹੁਤ ਸਾਰੇ ਸਟੂਡੈਂਟ ਦੇ ਵੀਜ਼ਾ ਆ ਰਹੇ ਨੇ ਈਵਨ ਆਫਟਰ ਇੰਟਰਵਿਊ। ਨੋ ਡਾਊਟ ਰਿਜ਼ਲਟ ਥੋੜ੍ਹੇ ਸਲੋ ਆਏ ਨੇ, ਬਟ ਆਊਟਕਮ ਉਹਦਾ ਬਹੁਤ ਪੋਜ਼ਿਟਿਵ ਹੈ। ਸੋ ਜਨਵਰੀ ਨੂੰ ਲੈ ਕੇ ਵੀ ਫੁੱਲ ਸਵਿੰਗ ਦੇ ਉੱਤੇ ਯੂਕੇ ਦੀਆਂ ਯੂਨੀਵਰਸਿਟੀਜ਼ ਕੰਮ ਕਰ ਰਹੀਆਂ ਨੇ। ਈਵਨ ਸਟੂਡੈਂਟ ਜਿਨ੍ਹਾਂ ਨੇ ਔਨ ਟਾਈਮ ਆਪਣੀਆਂ ਆਫਰ ਲੈਟਰਸ ਅਪਲਾਈ ਕੀਤੀਆਂ ਸੀ, ਸੋ ਕਾਫੀ ਯੂਨੀਵਰਸਿਟੀਜ਼ ਤੋਂ ਹੁਣ ਸਟੂਡੈਂਟ ਦੇ ਕਾਸ ਲੈਟਰ ਜਨਵਰੀ ਇਨਟੇਕ ਦੇ ਲਈ ਵੀ ਸਟਾਰਟ ਹੋ ਚੁੱਕੇ ਨੇ, ਰਿਸੀਵ ਹੋਣੇ ਸਟਾਰਟ ਹੋ ਚੁੱਕੇ ਨੇ। ਸੋ ਡੈਫੀਨੇਟਲੀ ਜਿਹੜੇ ਦੋਸਤ ਪਹਿਲਾਂ ਤਾਂ ਵੇਟ 'ਚ ਨੇ, ਉਹ ਖਾਸ ਹੁਣ ਆਪਣੀਆਂ ਐਪਲੀਕੇਸ਼ਨਸ ਨੂੰ ਜਲਦ ਇਨੀਸ਼ੀਏਟ ਕਰਨ, ਔਰ ਕੀ ਬੈਨੀਫਿਟਸ ਤੁਸੀਂ ਜਨਵਰੀ ਇਨਟੇਕ ਦੇ ਵਿੱਚ ਲੈ ਸਕਦੇ ਹੋ। ਸੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਸਟਿਲ ਵਿਦਆਊਟ ਆਇਲਸ ਆਪਸ਼ਨਸ ਅਵੇਲੇਬਲ ਨੇ। ਅਗਰ ਤੁਹਾਡੇ ਇੰਗਲਿਸ਼ ਦੇ ਮਾਰਕਸ 65% ਤੋਂ 70% ਹੈਗੇ ਹੈ, ਤਾਂ ਬਹੁਤ ਸਾਰੀਆਂ ਯੂਨੀਵਰਸਿਟੀ ਸਟਿਲ ਅਵੇਲੇਬਲ ਨੇ, ਸੀਟਸ ਉਹਨਾਂ ਦੇ ਵਿੱਚ ਅਵੇਲੇਬਲ ਹੈ ਜਿੱਥੇ ਕਿ ਹੁਣ ਆਇਲਸ ਵੇਵਡ ਆਫ ਹੈ। ਆਮ ਤੌਰ 'ਤੇ ਕਾਫੀ ਯੂਨੀਵਰਸਿਟੀਜ਼ ਹੁਣ ਵਿਦ ਆਇਲਸ ਐਡਮਿਸ਼ਨ ਲੈ ਰਹੀਆਂ ਸੀ, ਬਟ ਸਟੂਡੈਂਟ ਦੇ ਕੋਲ ਸਟਿਲ ਹਾਲੇ ਇੱਕ ਬੈਨੀਫਿਸ਼ਰੀ ਆਪਸ਼ਨ ਹੈ ਕਿ ਬਹੁਤ ਸਾਰੀਆਂ ਯੂਨੀਵਰਸਿਟੀਜ਼ ਆਇਲਸ ਵੇਵ ਆਫ ਕਰਕੇ ਸਿਰਫ ਇੰਗਲਿਸ਼ ਦੀ ਅਸੈਸਮੈਂਟ ਦੇ ਉੱਤੇ ਐਡਮਿਸ਼ਨਸ ਦੇ ਰਹੇ। ਇਸ ਤੋਂ ਬਾਅਦ ਜਿਨ੍ਹਾਂ ਸਟੂਡੈਂਟਸ ਦੇ ਕੋਲ ਆਇਲਸ ਨਹੀਂ ਹੈ, ਪਲੱਸ ਉਹਨਾਂ ਦੇ ਇੰਗਲਿਸ਼ ਦੇ ਮਾਰਕਸ ਘੱਟ ਰਹੇ, ਬਟ ਉਹਨਾਂ ਦੀਆਂ ਗ੍ਰੈਜੂਏਸ਼ਨ ਜਾਂ ਉਹਨਾਂ ਦੀਆਂ ਸੀਨੀਅਰ ਸੈਕੰਡਰੀ ਸਟੱਡੀਜ਼ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਦੇ ਵਿੱਚ ਨੇ, ਯਾਨੀ ਕਿ ਉਹਨਾਂ ਨੇ ਇੰਗਲਿਸ਼ ਮੀਡੀਅਮ ਦੇ ਵਿੱਚ ਆਪਣੀ ਐਜੂਕੇਸ਼ਨ ਲਈ ਹੈ, ਸਟਿਲ ਉਹਨਾਂ ਸਟੂਡੈਂਟਸ ਦੇ ਕੋਲ ਵੀ ਅਪਰਚੁਨਿਟੀਜ਼ ਅਵੇਲੇਬਲ ਨੇ। ਮੋਰ ਓਵਰ ਜਿਨ੍ਹਾਂ ਸਟੂਡੈਂਟਸ ਦੇ ਗੈਪ ਨੇ ਉਹਨਾਂ ਦੇ ਲਈ ਵੀ ਬਹੁਤ ਇੰਪੋਰਟੈਂਟ ਔਰ ਸਪੈਸੀਫਾਈਡ ਅਪਡੇਟਸ ਅਵੇਲੇਬਲ ਨੇ। ਗੈਪ ਵਾਲੇ ਸਟੂਡੈਂਟ 8 ਤੋਂ 10 ਸਾਲ ਜਿਨ੍ਹਾਂ ਦਾ ਸਟੱਡੀ ਦੇ ਵਿੱਚ ਗੈਪ ਹੈ, ਉਹ ਵੀ ਐਡਮਿਸ਼ਨਸ ਯੂਕੇ 'ਚ ਈਜ਼ੀਲੀ ਕਰਵਾ ਸਕਦੇ ਨੇ। ਸਭ ਤੋਂ ਵੱਡਾ ਬੈਨੀਫਿਟ ਸਟੂਡੈਂਟਸ ਦੇ ਲਈ ਯੂਕੇ ਦੇ ਵਿੱਚ ਸਕਾਲਰਸ਼ਿਪ ਹੈ। ਅਗਰ ਆਪਾਂ ਦੇਖੀਏ ਤਾਂ ਅਕੈਡੈਮਿਕ ਸਕਾਲਰਸ਼ਿਪ ਜਿਹੜੀਆਂ £1,500 ਤੱਕ ਮਿਲਦੀਆਂ ਨੇ ਮੈਕਸੀਮਮ। ਸੋ ਅਗਰ ਤੁਸੀਂ ਔਨ ਟਾਈਮ ਆਪਣੀ ਐਪਲੀਕੇਸ਼ਨ ਨੂੰ ਇਨੀਸ਼ੀਏਟ ਕਰਕੇ ਅਗਰ ਤੁਸੀਂ ਆਫਰ ਲੈਟਰ ਸਹੀ ਸਮੇਂ 'ਤੇ ਲੈ ਲੈਂਦੇ ਹੋ ਔਰ 10 ਨਵੰਬਰ ਤੱਕ ਆਪਣੀਆਂ ਟਿਊਸ਼ਨ ਫੀ ਡਿਪੋਜ਼ਿਟ ਕਰਦੇ ਹੋ, ਤਾਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਤੁਹਾਨੂੰ ਅਰਲੀ ਬਰਡ ਸਕਾਲਰਸ਼ਿਪ ਦੇ ਰਹੀਆਂ ਨੇ, ਜਿਹਦੇ ਨਾਲ ਤੁਸੀਂ ਇਨ ਟੋਟਲ 2 ਤੋਂ 3 ਲੱਖ ਰੁਪਿਆ ਸੇਵ ਕਰਕੇ ਪ੍ਰੈਜੈਂਟ ਕੰਡੀਸ਼ਨਸ ਦੇ ਅੰਦਰ ਯੂਕੇ ਦਾ ਵੀਜ਼ਾ ਘੱਟ ਖਰਚੇ 'ਚ ਲੈ ਸਕਦੇ ਹੋ। ਔਰ ਬਹੁਤ ਸਾਰੀਆਂ ਸਟਿਲ ਯੂਨੀਵਰਸਿਟੀਜ਼ ਅਵੇਲੇਬਲ ਨੇ ਜਿਨ੍ਹਾਂ ਦੇ ਵਿੱਚ ਫੀਸ ਸਟਰਕਚਰ ਕੰਪੈਰੇਟਿਵਲੀ ਬਹੁਤ ਘੱਟ ਹੈ। ਅਗਰ ਤੁਸੀਂ ਦੇਖੋ ਤਾਂ ਯੂਨੀਵਰਸਿਟੀ ਦਾ ਜਿਹੜਾ ਐਵਰੇਜ ਫੀਸ ਸਟਰਕਚਰ ਹੈ ਉਹ £13,000 ਦੇ ਅਪਰੋਕਸ ਰਹਿੰਦਾ ਹੈ, ਬਟ ਸਟਿਲ ਸਟੂਡੈਂਟਸ ਦੇ ਕੋਲ ਆਪਸ਼ਨ ਨੇ £9,500 ਤੋਂ ਲੈ ਕੇ £10,000 ਤੱਕ ਐਡਮਿਸ਼ਨਸ ਅਵੇਲੇਬਲ ਨੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਬੈਨੀਫਿਟ ਲੈ ਸਕਦੇ ਹੋ ਅਗਰ ਸਹੀ ਸਮੇਂ ਦੇ ਰਹਿੰਦੇ ਸਹੀ ਕੰਸਲਟੈਂਟ ਦੇ ਥਰੂ ਆਪਣੀ ਐਪਲੀਕੇਸ਼ਨ ਨੂੰ ਇਨੀਸ਼ੀਏਟ ਕਰਦੇ ਹੋ। ਸੋ ਜਿਹੜੇ ਵੀ ਦੋਸਤ ਬ੍ਰੌਡਵੇ ਦੇ ਨਾਲ ਆਪਣੀਆਂ ਐਪਲੀਕੇਸ਼ਨਸ ਇਨੀਸ਼ੀਏਟ ਕਰਨਾ ਚਾਹੁੰਦੇ ਨੇ, ਸਾਡੇ ਆਨਲਾਈਨ ਪਲੈਟਫਾਰਮ ਜੋ ਕਿ ਬਹੁਤ ਟਰਾਂਸਪੇਰੈਂਟ ਸਰਵਿਸਿਜ਼ ਦੇ ਰਿਹਾ, ਤੁਸੀਂ ਜਸਟ ਵਿਜ਼ਿਟ ਕਰੋ broadwaystudy.com, ਇੱਕ ਛੋਟਾ ਜਿਹਾ ਫਾਰਮ ਭਰੋ, ਘਰ ਬੈਠੇ ਤੁਸੀਂ ਸਾਡੀ ਟੀਮ ਦੇ ਨਾਲ ਕਨੈਕਟ ਹੋਵੋਗੇ ਇੱਕ ਵੀਡੀਓ ਕਾਉਂਸਲਿੰਗ ਦੇ ਜ਼ਰੀਏ, ਔਰ ਆਨਲਾਈਨ ਆਪਣੇ ਐਪਲੀਕੇਸ਼ਨ ਨੂੰ ਚਲਾ ਕੇ ਤੁਸੀਂ ਆਨਲਾਈਨ ਆਪਣਾ ਵੀਜ਼ਾ ਸਿਕਿਓਰ ਕਰ ਸਕਦੇ। ਸੋ ਮਿਲਾਂਗੇ ਨੈਕਸਟ ਟਾਈਮ ਕੁਝ ਨਵੀਆਂ ਅਪਡੇਟਸ, ਕੁਝ ਨਵੇਂ ਵੀਡੀਓਸ ਦੇ ਨਾਲ। ਥੈਂਕ ਯੂ। हेलो फ्रेंड्स, मैं अमरजीत, ब्रॉडवे इमिग्रेशन सर्विसेज से। कोशिश रहती है लेटेस्ट और इम्पॉर्टेंट इन्फॉर्मेशन एंड एवरी इशू रिलेटेड टू स्टडी वीज़ा, उसके रिलेटेड आपको सारी जानकारियां हम लगातार देते रहें। उसके लिए इम्पॉर्टेंट है कि आप इस चैनल को सब्सक्राइब करके रखें ताकि हर लेटेस्ट वीडियो आप तक सबसे पहले पहुँच सके। सेकेंडली, ब्रॉडवे इमिग्रेशन प्रोवाइडिंग यू ऑनलाइन सर्विसेज। हम इंडिया की ऐसी पहली कंपनी है जो आपको ऑनलाइन वीडियो काउंसलिंग्स घर बैठे प्रोवाइड कर रहे हैं। तो आपको सिंपली हमारी वेबसाइट पे जाना है, दैट इज broadwaystudy.com, और वहां पे जाके आप अपनी बेसिक इंफॉर्मेशन थोड़ी सी भरेंगे। उसके बाद ओटीपी रिसीव करने के बाद यू कैन कनेक्ट डायरेक्टली टू आर ऑनलाइन काउंसलर्स, जिनके साथ आप डायरेक्ट वीडियो काउंसलिंग ले सकते हैं बिना रुके, बिना किसी परेशानी के। आपको किसी भी स्टेज पे हमारे ऑफिस विजिट करने की जरूरत नहीं पड़ेगी। आप घर बैठे अपनी एप्लीकेशन को स्टार्ट करने से लेके वीजा तक का सफर हमारे साथ कर सकते हैं। डजंट मैटर यू आर फ्रॉम पंजाब, अदर स्टेट्स ऑफ इंडिया, और इवन
आउट ऑफ इंडिया, आप सारी सर्विसेज हमारे साथ ऑनलाइन ले सकते हैं। तो आज के लिए इतना, चलते हैं शो की तरफ। ब्रॉडवे तुहाडे विदेश जाण दे सुपनियां नूं देवेगा हकीकत दी उड़ान।